ਕੀਵੀਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ ਈਵਨਿੰਗ ਬੁਲਟਿਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਇਜ਼ਰਾਈਲ ਹਮਲੇ 'ਚ ਮਾਰੀ ਗਈ ਭਾਰਤੀ ਮਹਿਲਾ ਦੀ ਦੇਹ ਪਹੁੰਚੀ ਦਿੱਲੀ। ਜੇਲ੍ਹ 'ਚ ਫੈਲਿਆ ਕੋਰੋਨਾ, ਪੈਰੋਲ ਤੇ ਰਿਹਾਅ ਹੋਏ 449 ਕੈਦੀ। ਅੰਮ੍ਰਿਤਸਰ ਸ਼ਿਵਪੁਰੀ ਵਿੱਚ ਗਾਰਡ ਆਫ ਆਨਰ ਕਰਕੇ ਕੀਤਾ ਗਿਆ ਭਾਟੀਆ ਦਾ ਸੰਸਕਾਰ। ਕੇਂਦਰ ਵੱਲੋਂ ਅੰਮ੍ਰਿਤਸਰ ਭੇਜੇ 59 ਵੈਂਟੀਲੇਟਰਾਂ ਵਿੱਚੋਂ 47 ਨਿਕਲੇ ਖਰਾਬ। ਪੱਤਰਕਾਰਾਂ ਦੇ ਸਵਾਲ ਤੇ ਤੱਤੇ ਹੋਏ ਕਿਸਾਨ ਕਹਿੰਦੇ ਕੋਰੋਨਾ ਤੋਂ ਭਾਵੇਂ ਬਚ ਜਾਵਾਂਗੇ ਪਰ ਕਾਲੇ ਕਾਨੂੰਨਾਂ ਨਾਲ ਜ਼ਰੂਰ ਮਰਾਂਗੇ। ਆਓ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਇਹਨਾਂ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਦੇ ਫਲਸਤੀਨੀਆਂ ਵਿੱਚ ਲਗਾਤਾਰ ਹੋ ਰਹੀ ਜੰਗ ਦੌਰਾਨ ਪਿਛਲੇ ਦਿਨੀ ਫਲਸਤੀਨੀ ਰਾਕੇਟ ਹਮਲੇ ਵਿੱਚ ਇੱਕ ਭਾਰਤੀ ਔਰਤ ਦੀ ਮੌਤ ਹੋ ਗਈ ਸੀ ਜੋ ਕਿ ਕੇਰਲ ਦੀ ਰਹਿਣ ਵਾਲੀ ਸੋਮਿਆ ਸੰਤੋਸ਼ ਹੈ। ਇਸੇ ਹਫ਼ਤੇ ਵਾਪਰੇ ਇਸ ਹਾਦਸੇ ਤੋਂ ਬਾਅਦ ਸੋਮਿਆ ਦੀ ਲਾਸ਼ ਨੂੰ ਦਿੱਲੀ ਏਅਰਪੋਰਟ ਲਿਆਇਆ ਗਿਆ ਹੈ। ਇਜ਼ਰਾਈਲ ਤੇ ਫਲਸਤੀਨੀਆਂ ਵਿੱਚ ਲਗਾਤਾਰ ਹੋ ਰਹੀ ਜੰਗ ਦੌਰਾਨ ਪਿਛਲੇ ਦਿਨੀ ਫਲਸਤੀਨੀਆਂ ਰਾਕੇਟ ਹਮਲੇ ਵਿੱਚ ਇੱਕ ਭਾਰਤੀ ਔਰਤ ਦੀ ਮੌਤ ਹੋ ਗਈ ਸੀ ਜਿਸ ਦੀ ਪਹਿਚਾਣ ਕੇਰਲ ਦੀ ਰਹਿਣ ਵਾਲੀ ਸੋਮਿਆ ਸੰਤੋਸ਼ ਦੇ ਰੂਪ ਵਿੱਚ ਹੋਈ ਸੀ। ਇਸੇ ਹਫ਼ਤੇ ਵਾਪਰੇ ਇਸ ਹਾਦਸੇ ਤੋਂ ਬਾਅਦ ਸੋਮਿਆ ਦੀ ਲਾਸ਼ ਨੂੰ ਦਿੱਲੀ ਏਅਰਪੋਰਟ ਲਿਆਇਆ ਗਿਆ। ਇਸ ਮੌਕੇ 'ਤੇ ਏਅਰਪੋਰਟ ਪਹੁੰਚੇ ਲੋਕਾਂ 'ਚ ਜਿੱਥੇ ਸ਼ੋਕ ਦੀ ਲਹਿਰ ਪਾਈ ਗਈ ਉੱਥੇ ਹੀ ਕੇਂਦਰੀ ਮੰਤਰੀ ਵੀ ਮੁਰਲੀਧਰ ਅਤੇ ਇਜ਼ਰਾਈਲ ਦੀ ਡਿਪਟੀ ਰਾਜਦੂਤ ਰੋਨੀ ਯੇਦੇੜੀਆ ਕਲੇਨ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸ ਦਈਏ ਕਿ 11 ਮਈ ਨੂੰ ਇਜ਼ਰਾਈਲ ਵਿੱਚ ਵਾਪਰੇ ਇੱਕ ਰਾਕੇਟ ਹਮਲੇ ਵਿੱਚ ਸੋਮਿਆ ਸੰਤੋਸ਼ ਦੀ ਮੌਤ ਹੋ ਗਈ ਸੀ। ਜਦੋਂ ਸੋਮਿਆ ਦੀ ਲਾਸ਼ ਨੂੰ ਦਿੱਲੀ ਏਅਰਪੋਰਟ 'ਤੇ ਲਿਆਂਦਾ ਗਿਆ ਤਾਂ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਸੋਮਿਆ ਦੇ ਪਰਿਵਾਰ ਨਾਲ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਿਆਂ ਉਹਨਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਹਿੰਮਤ ਰੱਖਣ ਲਈ ਕਿਹਾ। ਬਿਊਰੋ ਰਿਪੋਰਟ, ਦ ਟੀਵੀ ਐਨਆਰਆਈ। ਰੁਕ ਕਰਦੇ ਹਾਂ ਅਗਲੀ ਖਬਰ ਵੱਲ ਨੂੰ। ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਬਹੁਤ ਤੇਜ਼ ਹੋ ਰਹੀ ਹੈ। ਉੱਥੇ ਹੀ ਉੜੀਸਾ ਦੀ ਜੇਲ੍ਹ ਵਿੱਚ ਬੰਦ ਕੈਦੀ ਵੀ ਕੋਰੋਨਾ ਦੀ ਮਾਰ ਤੋਂ ਨਹੀਂ ਬਚ ਰਹੇ ਤੇ ਕਰੀਬ 120 ਕੈਦੀ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ ਜਿਨ੍ਹਾਂ ਵਿੱਚੋਂ 2 ਕੈਦੀਆਂ ਦੀ ਮੌਤ ਹੋ ਗਈ ਹੈ। ਦੇਸ਼ ਭਰ ਵਿੱਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਕਾਫ਼ੀ ਤੇਜ਼ ਹੈ ਤੇ ਮਾਮਲੇ ਵੱਧ ਕੇ 2,40,00,000 ਦੇ ਅੰਕੜੇ 'ਤੇ ਪਾਰ ਪਹੁੰਚ ਗਏ ਨੇ। ਇਸ ਦੇ ਚੱਲਦੇ ਦੇਸ਼ ਵਿੱਚ ਕਈ ਲੋਕਾਂ ਨੂੰ ਸਾਹ ਦੀ ਸਮੱਸਿਆ ਤੋਂ ਜੂਝਦੇ ਵੇਖਿਆ ਗਿਆ ਹੈ। ਉੱਥੇ ਹੀ ਹੁਣ ਜੇਲ੍ਹਾਂ ਵਿੱਚ ਬੰਦ ਕੈਦੀ ਵੀ ਕੋਰੋਨਾ ਇਨਫੈਕਸ਼ਨ ਦੀ ਮਾਰ ਤੋਂ ਬਚ ਨਹੀਂ ਪਾ ਰਹੇ। ਦੱਸ ਦਈਏ ਕਿ ਉੜੀਸਾ ਦੀ ਜੇਲ੍ਹ ਵਿੱਚ ਬੰਦ ਘੱਟੋ ਘੱਟ 120 ਕੈਦੀਆਂ ਨੂੰ ਕੋਰੋਨਾ ਵਾਇਰਸ ਤੋਂ ਪੀੜਿਤ ਪਾਇਆ ਗਿਆ ਹੈ। ਉੱਥੇ ਇੱਕ ਕੈਦੀ ਦੀ ਮੌਤ ਕੋਰੋਨਾ ਇਨਫੈਕਸ਼ਨ ਕਾਰਨ ਹੋ ਗਈ ਹੈ। ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਤੋਂ ਪੀੜਤ ਗੰਭੀਰ ਮਰੀਜ਼ਾਂ ਨੂੰ ਕੋਵਿਡ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ। ਉੱਥੇ ਹੀ 2 ਕੈਦੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਉੱਥੇ ਹੀ ਜੇਲ੍ਹ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੜੀਸਾ ਦੀਆਂ ਜੇਲ੍ਹਾਂ 'ਚ ਬੰਦ 449 ਕੈਦੀਆਂ ਨੂੰ 90 ਦਿਨ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਦ ਟੀਵੀ ਐਨਆਰਆਈ। ਕਾਂਗਰਸ ਦੇ ਬਾਬਾ ਬੋੜ ਮੰਨੇ ਜਾਂਦੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੁਨੰਦਨ ਲਾਲ ਭਾਟੀਆ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ ਹੈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਦੁਰਗਿਆਣਾ ਮੰਦਿਰ ਨਜ਼ਦੀਕ ਸ਼ਿਵਪੁਰੀ ਵਿੱਚ ਕੀਤਾ ਗਿਆ। ਕਾਂਗਰਸ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੁਨੰਦਨ ਲਾਲ ਭਾਟੀਆ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ ਹੈ। ਉਹ 100 ਸਾਲਾਂ ਦੇ ਸਨ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਦੁਰਗਿਆਣਾ ਮੰਦਿਰ ਨਜ਼ਦੀਕ ਸ਼ਿਵਪੁਰੀ ਵਿੱਚ ਕੀਤਾ ਗਿਆ, ਜਿਸ ਮੌਕੇ ਰਵਿੰਦਰ ਨਾਥ ਭਾਟੀਆ ਦੇ ਪਰਿਵਾਰਿਕ ਮੈਂਬਰ ਅਤੇ ਕਾਂਗਰਸੀ ਨੇਤਾ ਵੀ ਮੌਜੂਦ ਰਹੇ। ਇਸ ਮੌਕੇ ਰਾਜਨੀਤਿਕ ਨੇਤਾਵਾਂ ਦਾ ਕਹਿਣਾ ਸੀ ਕਿ ਭਾਟੀਆ ਜੀ ਦੇ ਇਸ ਤਰ੍ਹਾਂ ਛੱਡ ਜਾਣ ਨਾਲ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ। ਰਘੁਨੰਦਨ ਭਾਟੀਆ ਨੇ ਵਿਦੇਸ਼ ਅਤੇ ਦੇਸ਼ ਦੇ ਵਿੱਚ ਕਈ ਸਮਾਜ ਭਲਾਈ ਦੇ ਕੰਮ ਕੀਤੇ ਨੇ। ਰਘੁਨੰਦਨ ਭਾਟੀਆ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਦੇ ਚੱਲਦੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਦੁਰਗਿਆਣਾ ਮੰਦਿਰ ਸ਼ਿਵਪੁਰੀ 'ਚ ਕੀਤਾ ਗਿਆ। ਆਓ ਜਾਣਦੇ ਹਾਂ ਇਸ ਮੌਕੇ ਡਾਕਟਰ ਰਾਜਕੁਮਾਰ ਵੇਰਕਾ ਦਾ ਕੀ ਕਹਿਣਾ ਹੈ। आर एल भाटिया साहब जो पंजाब की सांझी वार्ता के प्रतीक थे और कभी ना टूटने वाला उनका हमेशा प्रयास रहा है कि देश इकट्ठा रहे और सब लोग मिलकर के रहें, और वो जहाँ पे 6 बार अमृतसर के सांसद रहे,
बिहार और केरला के गवर्नर रहे, ऑल इंडिया कांग्रेस कमेटी के जनरल सेक्रेटरी रहे और विदेश मंत्री रहे, प्रदेश कांग्रेस के अध्यक्ष रहे और जब भी देश में कोई संकट आता था उन्हें संकट मोचन के रूप में जाना जाता रहा है। और जब चाइना में समस्या आती रही तो देश के सबसे बड़े नेता के रूप में आरएल भाटिया को चाइना भेजा जाता था और वहाँ जाकर के जितने भी समझौते चाइना से हुए हैं वो आरएल भाटिया साहब ने किए हैं। पाकिस्तान में अगर कोई समस्या पैदा होती थी तो आरएल भाटिया साहब वहाँ भी शांति का पैगाम लेकर के इन सभी मुल्कों के बीच में, पड़ोसियों के बीच में उन्होंने हमेशा ही इकट्ठा रखने का प्रयास किया। मैं समझता हूँ आज हमारे बीच में उनका ना रहना बहुत दुखदायी है और हमारे लिए सबके लिए बहुत दुखद। उत्थे कांग्रेस कमेटी के जिला प्रधान जतिंदर सोनिया का की कहना है, ऐ भी जरा सुनो। अज अमृतसर कांग्रेस के बाबा बोर्ड, जे असी कांग्रेस के भीषम पितामा कह लिए तो कोई अतकथनी नहीं। श्री रघुनंदन लाल भाटिया जी साढ़े विच नहीं रहे, बहुत दुख की गल है। यहो जे लीडर, यहो जे उच्चे सुचे किरदार वाले इंसान इस दुनिया के बहुत घट वेखन मिलते हैं, जिन्हों ने बतौर संसद मैंबर 6 बार संसद मैंबर बन के अमृतसर शहर वासियों की बड़े ही निष्काम तरीके निस्वार्थ भावना के नाल सेवा की। अज अमृतसर शहर के वासी की हर वासी की अख नम है उन्होंने चले जाने, क्योंकि उन्होंने बतौर विदेश राज मंत्री, बतौर सांसद, बतौर MLA, बतौर MP, बतौर कांग्रेस प्रधान, बतौर जनरल सैकटरी कहन तो पाव के कांग्रेस पार्टी के वक् वक् अहुदों के उत्ते रह के बड़ी वधिया उन्होंने सियासत की। और एक उन्होंने बड़ी वड्डी खूबी सी आरएल भाटिया जी दे विच कि वह जड़े कांग्रेस पार्टी के वर्कर से वो उन्होंने एक एक वर्कर ना तो जानते सी, उन्होंने पता सी कि किहड़े वर्कर मैं कित्थे एडजस्ट करना है, किहड़े वर्कर का की किरदार है और हर वर्कर की जिहड़ी गल है बड़े ध्यान नाल सुनते सी और हमेशा उन्होंने हर वर्कर नूं चंगी जिहड़ी सिक्ख्या दित्ती। उन्हां दी इही जिहड़ी सियासत सी जिहदे करके वो अपनी पहचान उन्होंने दुनिया दे विच बनाई। अज साडे कांग्रेस पार्टी नूं, साडे समाज नूं, साडे देशवासियों नूं उन्हां दे चले जाण दे नाल बहुत वड्डा दुख होया, क्योंकि मैनू एक जिहड़ा मैनू अपने आप नूं निजी घाटा पिया, कांग्रेस पार्टी नूं बहुत वड्डा घाटा पिया जिहदी पूर्ति असीं कदी नहीं कर सकते। लीडर दुनिया ते बहुत आंदे है लेकिन इहो जे उच्चे सुच्चे किरदार दे मालक इहो जे दोबारा इस दुनिया ते नहीं मिलणगे। ये मेरी अपनी निजी राय है, निजी गल है, क्योंकि मैं बतौर प्रधान, बतौर कौंसलर, बतौर महिला कांग्रेस प्रधान बहुत बारी उन्होंने मिलन का मैनू मौका मिलिया। उन्होंने हमेशा चंगी सेध, चंगी जड़े गुण है वो सानू सिखाए जिन्हों मैं कदे भी नहीं भुला सकती। मैं जिला कांग्रेस कमेटी वालों, अपने शहर वासियों वालों उस उच्ची सुची महान आत्मा नूं श्रद्धा दे फुल भेट करदी हाँ। मेरा सिर उन्हां दे अगे वार वार झुकदा, उन्हां नूं नमन करदा और परमात्मा दे चरणों दे विच अरदास करदी हाँ कि इस विछड़ी हुई आत्मा नूं अपने चरणों दे विच निवास बख्शना। ते जिहड़े पिछे साथी ने, परिवार है साडी कांग्रेस पार्टी दा, एड्डी वड्डी फुलवाड़ी है, इस सारी फुलवाड़ी नूं भाणा मन्नण दा बल बख्शना। धन्नवाद। अमृतसर तों मुकेश मेहरा दी रिपोर्ट दे नाल दी TVNRI। कोरोना महामारी नूं रोकण लई सरकारां वल्लों हर संभव कोशिश कीती जा रही है, जिस दे चलदे अमृतसर विच वी सरकार वल्लों सरकारी मैडिकल कॉलेज विच वेंटीलेटर भेजे गए। जदों उन्हां वेंटीलेटरां दी जमीनी हकीकत जानन दी कोशिश कीती तां कई वेंटीलेटर खराब निकले। जानकारी मुताबक हस्पताल विच PM केयर फंड विचों 59 वेंटीलेटरां विचों 47 वेंटीलेटर खराब ने। जिथे एक पासे पूरे भारत विच कोरोना महामारी फैल रही है उसनू रोकण लई सरकारां वल्लों हर संभव कोशिश कीती जा रही है, जिस दे चलदे अमृतसर विच वी सरकार वल्लों सरकारी मैडिकल कॉलेज विच वेंटीलेटर भेजे गए। जदों उन्हां वेंटीलेटरां दी जमीनी हकीकत जानन दी कोशिश कीती तां कई वेंटीलेटर खराब निकले। जानकारी मुताबक हस्पताल विच PM केयर फंड विचों 59 वेंटीलेटरां विचों 47 वेंटीलेटर खराब ने। इन्हां वेंटीलेटरां नूं हस्पतालां दे 12 कोरोना वार्डां विच रख्या गया है। फरीदकोट सरकारी मैडिकल कॉलेज दे बाद अमृतसर विच खराब वेंटीलेटर मिलन तो बाद डॉक्टर चिंता विच पै गए ने। दरअसल कोरोना दी शुरुआत तो पहला हस्पताल विच 25 वेंटीलेटर सन। इन्फेक्शन दी शुरुआत दे नाल केंद्र सरकार ने स्वदेशी वेंटीलेटर बनाउणे शुरू कीते।
59 वेंटीलेटर हस्पताल नूं दिते गए। अफसोसजनक पक्ष यह है कि इन्हां विच्चों 47 वेंटीलेटरां विच तकनीकी खामियां सन। इस दे बाद 50 होर वेंटीलेटर आए पर इन्हां विच्चों सिर्फ 8 काम कर रहे ने। हस्पताल विच लैवल 3 दे मरीजां नूं वेंटीलेटर दी जरूरत रहिंदी है। मौजूदा समें विच सिर्फ 40 वेंटीलेटर ही काम कर रहे ने। आओ जानदे हां इस मौके गुरु नानक हस्पताल दे डॉक्टर केडी दा की कहना है। ਸਰ ਵੈਂਟੀਲੇਟਰ ਮਸ਼ੀਨਾਂ ਜਿਹੜੀਆਂ ਆਈਆਂ ਕਿੰਨੀਆਂ ਆਈਆਂ ਅਤੇ ਕਿੰਨੀਆਂ ਖਰਾਬ ਨਿਕਲੀਆਂ ਅਤੇ ਕਦੋਂ ਪਹੁੰਚੀਆਂ? ਪੀ ਐੱਮ ਕੇਅਰਸ ਤੋਂ ਸਾਨੂੰ 3 ਵਾਰੀ ਆਈਆਂ ਨੇ। ਇੱਕ ਵਾਰੀ 10 ਮਸ਼ੀਨਾਂ ਆਈਆਂ ਸੀ ਕੰਪਨੀ ਦੀਆਂ, ਸਰ ਸਾਹਮਣੇ ਦੇਖੋ, ਇੱਕ ਵਾਰੀ 59 ਆਈਆਂ ਸੀ, ਇੱਕ 50 ਹੁਣ ਜਿਹੜੀਆਂ ਦੁਬਾਰਾ ਆਈਆਂ, 3 ਵਾਰੀ ਆ ਚੁੱਕੀਆਂ। ਖਰਾਬ ਕਿੰਨੀਆਂ ਨਿਕਲੀਆਂ? ਜਿਹੜੀਆਂ ਖਰਾਬ ਨਿਕਲੀਆਂ ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਇੱਕ ਵਾਰੀ ਜਦੋਂ ਚੱਲਦੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕੰਪਰੈਸਰ 'ਚ ਕੁਛ ਪ੍ਰੋਬਲਮ ਆ ਰਹੀ ਹੈ, ਕੁਛ ਕਿਸੇ ਸੋਫਟਵੇਅਰ ਦੀ ਪ੍ਰੋਬਲਮ ਆ ਰਹੀ। ਉਹ ਅਸੀਂ ਕੰਪਨੀਜ਼ ਵਾਲਿਆਂ ਦੇ ਨਾਲ, ਪੰਜਾਬ ਐਸੋਸੀਏਸ਼ਨ ਕੋਪਰੇਸ਼ਨ ਦੇ ਨਾਲ, ਅਤੇ ਜਿਹੜਾ ਉੱਪਰਲੇ ਕਾਫੀ ਉੱਪਰ ਲੈਵਲ ਤੱਕ ਸਾਰਿਆਂ ਦੇ ਨਾਲ ਉਹ ਇਨ ਟੱਚ ਹੈਗੇ ਆ। ਉਹਨੂੰ ਜਿਹੜੇ ਇਹਦੇ ਇੰਜੀਨੀਅਰਸ ਹੈਗੇ ਉਹ ਵੀ ਆਏ ਨੇ। ਉਹਨਾਂ ਨੇ ਇੱਕ ਇੰਜੀਨੀਅਰ ਜਿਹੜਾ ਹੈਗਾ ਅੰਮ੍ਰਿਤਸਰ ਬੇਸਡ ਵੀ, ਉਹ ਆਪਣਾ ਆਪਣਾ ਕਰ ਰਹੇ ਨੇ, ਕੰਮ ਕਰ ਰਹੇ, ਸੋਫਟਵੇਅਰ ਦੁਬਾਰਾ ਇੰਸਟਾਲ ਕਰ ਰਹੇ ਨੇ। ਤਾਂ ਸਰ ਕੀ ਪਹਿਲਾਂ ਉਸੇ ਤਰੀਕੇ ਦੇ ਨਾਲ ਨਹੀਂ ਆਇਆ ਸੀ ਕਿ ਪਹਿਲੀ ਵਾਰੀ ਇੱਕ ਵਾਰੀ ਲਗਾਈਆਂ ਫਿਰ ਖਰਾਬ ਹੋ ਗਈਆਂ ਮਸ਼ੀਨਾਂ? ਤਾਂ ਜਿਹੜੀਆਂ ਨਵੀਆਂ ਮਸ਼ੀਨਾਂ ਹੋਣ ਕਰਕੇ ਫਿਰ ਖਰਾਬ ਕਿਸਾਂ ਨਿਕਲੀਆਂ? ਚਾਹੇ ਕੋਈ ਸੋਫਟਵੇਅਰ ਹੀ ਖਰਾਬ ਹੈ ਪਰ ਨਹੀਂ, ਇਹ ਤਾਂ ਕੰਪਨੀ ਵਾਲੀ ਦੱਸ ਸਕਦੇ ਕਿਉਂਕਿ ਫਰੈਸ਼ ਮਸ਼ੀਨਾਂ, ਨਵੀਆਂ ਮਸ਼ੀਨਾਂ ਭੇਜ ਰਹੀ ਪੀ ਐੱਮ ਕੇਂਦਰ ਸਰਕਾਰ। ਇਹ ਕੰਪਨੀ ਜਿਹੜੀ ਹੈ ਉਹਨਾਂ ਨੂੰ ਪੁੱਛੋ ਤੁਸੀਂ, ਜਿਹੜੀ ਕੰਪਨੀ ਤੋਂ ਆਈਆਂ ਉਹੀ ਦੱਸ ਸਕਦੇ। ਕਿਹੜੀ ਕਿਹੜੀ ਕੰਪਨੀ ਤੋਂ ਸਰ ਆਈਆਂ ਸੀ ਮਸ਼ੀਨਾਂ? ਕਿੰਨੇ? ਬੈਲ ਕੰਪਨੀ ਤੋਂ ਆਈਆਂ 59, ਇੱਕ ਜੋਤੀ ਕੰਪਨੀ ਉੱਥੋਂ 50 ਆਈਆਂ। ਤਾਂ ਮਰੀਜ਼ ਸਰ, ਮਰੀਜ਼ ਜਿਹੜੇ ਨੇ ਉਹ ਕਿੰਨੇ ਇਸ ਵਕਤ ਵੈਂਟੀਲੇਟਰ ਦੇ ਉੱਤੇ ਨੇ? ਤਾਂ ਪਹਿਲਾਂ ਸਾਡੇ ਕੋਲ ਕਿੰਨੇ ਵੈਂਟੀਲੇਟਰ ਹੁੰਦੇ ਸੀ ਤਾਂ ਹੁਣ ਕਿੰਨੇ ਬਣ ਗਏ? ਵੈਂਟੀਲੇਟਰ ਦੀ ਕੋਈ ਸ਼ੋਰਟੇਜ ਨਹੀਂ ਹੈਗੀ। ਪਹਿਲਾਂ ਵਾਲੇ ਜਿਹੜੇ ਵੈਂਟੀਲੇਟਰ ਸਾਡੇ ਕੋਲ ਹੈਗੇ ਸੀ ਉਹ ਠੀਕ ਕੰਮ ਕਰ ਰਹੇ ਨੇ। ਉਸ ਤੋਂ ਇਲਾਵਾ ਸਾਡੇ ਕੋਲ ਨੋਨ ਕੋਵਿਡ ਦੇ ਲਈ ਵੀ ਵੈਂਟੀਲੇਟਰਸ ਹੈਗੇ ਆ, ਸੋ ਅਸੀਂ ਉਹਨਾਂ ਨੂੰ ਵੀ ਸ਼ਿਫਟ ਕਰ ਸਕਦੇ ਹਾਂ। ਉਸ ਤੋਂ ਇਲਾਵਾ ਸਾਡੇ ਕੋਲ ਹਾਈ ਫਲੋ ਦੇ ਲਈ NIV ਹੁੰਦੇ ਨੇ, ਜਿਹੜੇ ਨੋਨ ਇਨਵੇਸਿਵ ਵੈਂਟੀਲੇਟਰ ਦਾ ਕੰਮ ਕਰ ਜਾਂਦੇ। ਉਹ ਸਾਰੇ ਇਸ਼ੂਜ਼ ਹੈਗੇ ਸਾਡੇ ਕੋਲ, ਪ੍ਰੋਬਲਮਸ ਨਹੀਂ ਹੈਗੀਆਂ ਇਸ ਮੌਕੇ ਦੇ ਉੱਤੇ, ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕਿ ਕੋਈ ਸ਼ੋਰਟੇਜ ਹੋਏਗੀ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਨਾਲ ਦੀ TVNR ਆਏ। ਰੁਕ ਕਰਦੇ ਹਾਂ ਅਗਲੀ ਖਬਰ ਵੱਲ ਨੂੰ। ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਆਪਣੀਆਂ ਫਸਲਾਂ ਸੰਭਾਲਣ ਤੋਂ ਬਾਅਦ ਫਿਰ ਤੋਂ ਦਿੱਲੀ ਦੇ ਲਈ ਵੱਡੀ ਗਿਣਤੀ ਦੇ ਵਿੱਚ ਰਵਾਨਾ ਹੋ ਰਹੇ ਨੇ। ਇਸੇ ਦੇ ਚੱਲਦੇ ਰੂਪਨਗਰ ਤੋਂ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਦਿੱਲੀ ਮੋਰਚੇ ਦੇ ਲਈ ਰਵਾਨਾ ਹੋਏ। ਇਸ ਮੌਕੇ ਕਿਸਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਕਰੋਨਾ ਨੇ ਤਾਂ ਸਾਨੂੰ ਨਹੀਂ ਮਾਰਨਾ, ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਆ ਉਹਨਾਂ ਨਾਲ ਸਾਨੂੰ ਮਾਰਨਾ ਹੈ। ਕਾਲੇ ਕਾਨੂੰਨਾਂ ਨੂੰ ਲੈ ਕੇ 7 ਮਹੀਨਿਆਂ ਤੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਆਪਣੀਆਂ ਫਸਲਾਂ ਸੰਭਾਲਣ ਤੋਂ ਬਾਅਦ ਫਿਰ ਤੋਂ ਦਿੱਲੀ ਦੇ ਲਈ ਵੱਡੀ ਗਿਣਤੀ ਦੇ ਲਈ ਰਵਾਨਾ ਹੋ ਰਹੇ ਨੇ। ਇਸ ਦੇ ਚੱਲਦੇ ਰੂਪਨਗਰ ਤੋਂ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਦਿੱਲੀ ਮੋਰਚੇ ਦੇ ਲਈ ਰਵਾਨਾ ਹੋਏ ਨੇ। ਇਸ ਮੌਕੇ ਕਿਸਾਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਕੋਰੋਨਾ ਸੰਬੰਧਿਤ ਸਵਾਲ ਪੁੱਛਣ ਤੇ ਕਿਸਾਨਾਂ ਨੇ ਕਿਹਾ ਕਿ ਕੋਰੋਨਾ ਨਾਲ ਮਰੀਏ ਨਾ ਮਰੀਏ ਪਰੰਤੂ ਕਾਲੇ ਕਾਨੂੰਨ ਲਾਗੂ ਹੋਣ ਨਾਲ ਜ਼ਰੂਰ ਮਰਾਂਗੇ। ਆਓ ਜਾਣਦੇ ਇਸ ਮੌਕੇ ਗੱਲ ਕਰਦਿਆਂ ਕਿਸਾਨ ਆਗੂਆਂ ਦਾ ਹੋਰ ਕੀ ਕਹਿਣਾ ਹੈ। ਅਸੀਂ ਅੱਜ ਇਕੱਠੇ ਹੋ ਕੇ ਕਾਦੀਆਂ ਜੂਨੀਅਰ, ਆਪਣੇ ਕਾਮਰੇਡ ਸਾਹਿਬ, ਅਸੀਂ ਇਕੱਠੇ ਹੋ ਕੇ ਕਾਫਲਾ ਚੱਲਿਆ ਏ ਉੱਥੇ ਮੋਦੀ ਦੇ, ਉਹਨੂੰ ਜਿਹੜਾ ਕਿ ਉਹਨੂੰ ਹੰਕਾਰ ਹੋਇਆ ਵਾ ਏ, ਇਹ ਹੰਕਾਰ ਤੋੜ ਕੇ ਹਟਾਂਗੇ। ਇਹ ਜਿਹੜਾ ਪੰਜਾਬੀਆਂ ਦਾ ਇਕੱਲਿਆਂ ਦਾ ਨਹੀਂ ਰਿਹਾ, ਸਾਰੇ ਹਿੰਦੁਸਤਾਨ ਦਾ ਇਹ ਬਣ ਗਿਆ ਇਹ ਲੜਾਈ। ਇਹ ਹੁਣ ਮੋਦੀ ਨੂੰ ਮੂੰਹ ਦੀ ਖਾਣੀ ਪਊਗੀ। ਕਦੋਂ ਤੱਕ ਜਾਰੀ ਰਹੂਗਾ ਸੰਘਰਸ਼? ਇਹ ਤਾਂ ਜਾਥਣੀ ਮੁੱਕਣਾ ਨਹੀਂ ਜੀ, ਜਾਥਣੀ ਚੱਲੀਓ ਜਾਣਾ ਜੀ, ਇਹ ਮੁੱਕਣਾ ਨਹੀਂ। ਦੇ ਲਓ ਕਿੰਨੇ ਮਹੀਨੇ ਹੋ ਗਏ ਜੀ, 8 ਮਹੀਨੇ ਹੋ ਗਏ, ਇਹ ਨਹੀਂ ਮੁੱਕਣਾ ਹੈਗਾ, ਤਾਂ ਇੱਕ ਨਹੀਂ ਚੱਲੀ ਜਾਣਾ। ਸਰਕਾਰ ਕਹਿੰਦੀ ਕਰੋਨਾ ਮਹਾਮਾਰੀ ਵੱਧ ਰਹੀ ਆ, ਬਿਮਾਰੀ ਵੱਧ ਰਹੀ ਆ, ਇਕੱਠੇ ਨਾ ਹੋ, ਮਾਸਕ ਲਾ ਕੇ ਰੱਖੋ, ਇੱਦਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ। ਕਰੋਨਾ ਨਾਲ ਤੇ ਤਾਂ ਅਸੀਂ, ਕਰੋਨਾ ਨਾਲ ਤਾਂ ਸਾਨੂੰ ਨਹੀਂ ਮਾਰਨਾ, ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਆ ਉਹਨਾਂ ਨਾਲ ਸਾਨੂੰ ਮਾਰਨਾ ਹੈ। ਇਹ ਜਿਹੜੇ ਕਾਲੇ ਕਾਨੂੰਨ ਬਣਾਏ ਆ, ਇਹ ਮਜ਼ਦੂਰ ਖਾਤਰ ਵੀ, ਇਹ ਕਿਸਾਨਾਂ ਖਾਤਰ ਵੀ ਬਹੁਤ ਮਾੜੇ ਆ। ਇਹਨੂੰ ਵਾਪਸ ਲੈਣੇ ਪੈਣੇ ਆ, ਅਸੀਂ ਨਹੀਂ ਹਿੱਲਾਂਗੇ, ਚਾਹੇ ਹਨੇਰੀਆਂ ਆਈ ਜਾਵੇ, ਚਾਹੇ ਮੀਂਹ ਆਈ ਜਾਵੇ, ਜੋ ਕੁਛ ਮਰਜ਼ੀ ਕਰੀ ਜਾਵੇ। ਮੋਦੀ ਨੇ ਅੱਗਾਂ ਵੀ ਲਵਾ ਲਈਆਂ, ਉੱਤੇ ਬਹੁਤ ਕੰਮ ਕਰਾ ਲਏ, ਪਰ ਕਿਸਾਨ ਮਜ਼ਦੂਰ ਕੋਈ ਡਰਨ ਵਾਲਾ ਨਹੀਂ ਹੈਗਾ। ਦੇਖੋ ਜੀ, ਸਰਕਾਰ ਨੂੰ ਤਾਂ ਹੁਣ ਤਕਰੀਬਨ ਸਪਤੰਬਰ ਤੋਂ ਸ਼ੁਰੂ ਹੋਇਆ ਇਹ ਪ੍ਰੋਗਰਾਮ, ਔਰ ਸਰਕਾਰ ਨੂੰ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਆਉਂਦੇ, ਕਿਸਾਨ ਮਜ਼ਦੂਰ ਏਕਤਾ ਬਾਰਡਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲਗਾਤਾਰ ਇਹ ਸੰਘਰਸ਼ ਜਾਰੀ ਰੱਖੂਗਾ।
अज कामरेड ते कादियां दा ग्रुप कट्ठे हो के काफला इत्थों टोल प्लाजा बहरामपुर जिमीदारा सोलखियां तों हुणे थोड़ी देर पहले ही चाले पाए ने और ये शाम तक पहुँचणगे और ये अपना हफ्ते हफ्ते का इन्होंने प्रोग्राम रख्या होया उहदे मुताबक ये पूरे जाहो जलाल दे नाल ਇੱਥੋਂ ਜਿਹੜਾ ਮਾਰਚ ਕੱਢਿਆ ਗਿਆ ਸਰਕਾਰ ਕਹਿੰਦੀ ਮਹਾਮਾਰੀ ਵੀ ਵੱਧ ਰਹੀ ਆ ਜਿਹੜਾ ਹੈਗਾ ਇਕੱਠ ਨਾ ਕਰੋ ਉਸਨੂੰ ਦੇਖਦੇ ਕਿਵੇਂ ਦੇਖਦੇ ਹੋ ਦੇਖੋ ਜੀ ਸਰਕਾਰ ਨੇ ਤਾਂ ਜ਼ਰੂਰ ਕਹਿਣਾ ਇਹ ਬਿਮਾਰੀ ਹੈ ਵੀ ਹੈ ਲੇਕਿਨ ਕਿਸਾਨ ਕਹਿੰਦੇ ਵੀ ਅਸੀਂ ਬਿਮਾਰੀ ਦੇ ਨਾਲ ਘੱਟ ਮਰਾਂਗੇ ਔਰ ਜਿਹੜੇ ਕਾਲੇ ਕਾਨੂੰਨ ਲਿਆਉਂਦੇ ਉਹਦੇ ਨਾਲ ਜ਼ਿਆਦਾ ਮਰਾਂਗੇ ਔਰ ਫਿਰ ਵੀ ਕਿਸਾਨਾਂ ਨੇ ਕਿਹਾ ਕਿ ਵੀ ਅਸੀਂ ਪੂਰਾ ਜੋ ਵੀ ਪ੍ਰਕਾਸ਼ਨ ਹੈ ਔਰ ਜਿਹੜਾ ਆਪਣੇ ਵਿੱਚ ਫਾਸਲਾ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਅਸੀਂ ਸੰਘਰਸ਼ ਨੂੰ ਲੜਨਾ ਔਰ ਲਗਾਤਾਰ ਲੜਦੇ ਰਹਾਂਗੇ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ ਦੇ ਨਾਲ ਦੀ ਟੀਵੀਐਨ ਰਾਏ ਸੋ ਇਹ ਤਾਂ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਹੀ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦੀ ਟੀਵੀਐਨ ਰਾਏ ਦੇ ਨਾਲ